बठिंडा के राकेश कुमार सिंगला की बेटी की शादी है, लेकिन पंजाब सरकार की ओर से नाइट कर्फ्यू 1 दिसंबर से लगा दिया गया। ऐसे में सारे कार्यक्रम का मजा खराब हो गया। राकेश कुमार का कहना है कि शादी में पहले ही कम लोगों को बुलाया गया था, लेकिन अब केटरिंग से लेकर होटल वाले कार्यक्रम को प्रोग्राम बदलना पड़ रहा है। राकेश कुमार ने कहा कि कोरोना से बीमारी फैल रही है, लेकिन जरूरी समारोहों को लेकर सरकार को छूट देनी चाहिए। की नाम है जी थोड़ा? राकेश कुमार सिंगला जी। की कहना चाहते हैं? जो बेटी की मैरिज कैंसिल हुई कर्फ्यू करके। बस बहुत दिक्कत है जी, मसा पहले पैलेस मसा मिले सीगा जी, कर करा के रात का मिले सीगा, मतलब 9 तरीक का, हूँ कर्फ्यू करके फिर हो दिक्कत आ गई। हूँ शॉर्टकट किया प्रोग्राम, हूँ कर पहले तो पैलेस मसा नहीं, पहले मिलता नहीं सी पैलेस जी, हूँ मसा पैलेस मिले जी, शॉर्टकट प्रोग्राम करके मसा दिन का मिले। इन्ना नुकसान हो गया, फर्नीचर साढ़े घर बनी जाता लड़के जो बेटी देना है, ਕਿ ਕਾਰਡ ਵਗੈਰਾ ਜਿਹੜੀ ਗੱਲ ਕੀਤੀ ਜੋ ਮਾਰਕ ਅਸੀਂ ਰਿਸ਼ਤੇਦਾਰਾਂ ਨੂੰ ਜਾਂ ਰੈਲੇਟਿਵ ਕਿਸੇ ਨੂੰ ਮਾਰਕ ਕਾਰਡ ਦਿੱਤੇ ਹੈ ਉਹ ਬੁੱਕਾ ਬਣ ਚੁੱਕੇ ਹੁਣ, ਪਤਾ ਨਹੀਂ ਕਿਹਨੂੰ ਦਿੱਤਾ ਹੈ, ਹੁਣ ਲਿਆ ਜਾ ਲਿਆ ਫੋਨ ਕਰਾਂਗੇ ਰਿਸ਼ਤੇਦਾਰਾਂ ਦਾ ਫੋਨ ਕਰ ਦਾਂਗੇ। ਹੁਣ ਜਿਹੜੇ ਯਾਰ ਦੋਸਤਾਂ ਨੂੰ ਕਈ ਵਾਰ ਧਿਆਨ ਨਹੀਂ ਦਾ ਕਿਹਨੂੰ ਦਿੱਤਾ ਕਿਹਨੂੰ ਦਿੱਤਾ, ਮੈਂ ਅਸੀਂ ਦਿੱਤੇ ਬ੍ਰਦਰ ਨੇ ਦਿੱਤੇ ਜੋ ਵੀ ਦਿੱਤੇ ਕਿਸੇ ਨੇ, ਹੁਣ ਸਮਝ ਤੋਂ ਬਾਹਰ ਹੋਇਆ ਵਾ ਕੰਮ। ਹੁਣ ਤੁਸੀਂ ਦਿੰਦਾ ਕੀਤਾ ਫਿਰ ਪ੍ਰੋਗਰਾਮ? ਹਾਂਜੀ ਹਾਂਜੀ ਅਸੀਂ ਹੁਣ ਦਿੰਦਾ ਰੱਖਿਆ ਪ੍ਰੋਗਰਾਮ ਜੀ, ਅਤੇ ਉਹ ਕਰ ਹੱਲ ਹੀ ਨਹੀਂ ਸੀ ਕੋਈ ਬਸ। ਕੀ ਨਾਮ ਹੈ ਜੀ ਤੁਹਾਡਾ? ਜ਼ੀਨੀਆ। ਕੀ ਕਹਿਣਾ ਚਾਹੁੰਦੇ? ਜਿਹੜੀ ਤੁਹਾਡੀ ਸ਼ਾਦੀ ਕੈਂਸਲ ਹੋਈ ਕਰਫਿਊ ਕਰਕੇ ਜੀ? ਬਹੁਤ ਦਿੱਕਤ ਆ ਰਹੀ ਸਾਨੂੰ, ਪਹਿਲਾਂ ਮਸਾਂ ਕਰ ਕਰਾ ਕੇ ਰਾਤ ਦਾ ਪਹਿਲਾਂ ਤਾਂ ਰਾਤ ਦਾ ਮਿਲ ਹੀ ਨਹੀਂ ਰਿਹਾ ਸੀ, ਕਰ ਕਰਾ ਕੇ ਮਸਾਂ ਰਾਤ ਦਾ ਮਿਲਿਆ ਪੈਲਸ, ਹੁਣ ਉਸ ਕਰਕੇ ਬਹੁਤ ਦਿੱਕਤ ਆ ਰਹੀ ਹੈ। ਅਤੇ ਸਾਰੇ ਮੇਰੇ ਉਹ ਬੁੱਕ ਕਰਾਏ ਹੋਏ ਆ, ਲਹਿੰਗਾ ਮਹਿੰਦੀ ਵਗੈਰਾ ਸਾਰੇ ਅਪੁਆਇੰਟਮੈਂਟ ਕੀਤੀ ਹੋਈ, ਸਭ ਕੈਂਸਲ ਕਰਵਾਉਣੀਆਂ ਪੈ ਰਹੀਆਂ। ਹੁਣ ਉਹ ਦੁਬਾਰਾ ਕੋਈ ਦੇ ਨਹੀਂ ਰਹੇ ਅਪੁਆਇੰਟਮੈਂਟ, ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਹੁਣ ਤੁਸੀਂ ਦਿਨ ਦਾ ਕੀਤਾ ਜੀ ਸ਼ਾਰਟਕਟ ਕੀਤਾ? ਹਾਂਜੀ ਸ਼ਾਰਟਕਟ ਪ੍ਰੋਗਰਾਮ ਕੀਤਾ ਹੈ। ਹਰੀ ਕਿਸ਼ਨ, ਕੀ ਕੰਮ ਕਰਦੇ ਹੋ ਤੁਸੀਂ? ਸਾਰਾ ਫਰਨੀਚਰ ਦਾ ਆਪਣਾ ਕੰਮ ਹੈ। ਕੀ ਕਹਿਣਾ ਚਾਹੁੰਦੇ ਜਿਹੜਾ ਕਰਫਿਊ ਲੱਗ ਰਿਹਾ ਰਾਤ ਨੂੰ? ਰਾਤ ਨੂੰ ਆਪਾਂ ਬਸ ਕੋਈ ਕੰਮ ਜਿਵੇਂ ਆਪਾਂ ਮਿਲ ਜਾਂਦਾ ਜਲਦੀ ਜਲਦੀ ਆਪਾਂ ਨਿਪਟਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਲੋਕ ਨਾਈਟ ਜਿਹੜੀ ਆਪਣਾ ਰਾਤ ਮਤਲਬ ਜੋ ਮੈਰਿਜ ਹੈ ਉਹ ਆਪਾਂ ਦਿਨੇ ਕਰਾ ਰਹੇ ਹਾਂ, ਜਲਦੀ ਕਰਕੇ ਕੰਮ ਦੇਣਾ ਪੈ ਰਿਹਾ ਹੈਗਾ। ਅੱਗੇ ਵੀ ਆਪਣਾ ਕੰਮ ਇਹ ਚੱਲ ਰਿਹਾ ਹੈਗਾ, ਨਾਈਟ ਕਰਫਿਊ ਕਰਕੇ ਨਾ, ਨਾਈਟ ਕਰਫਿਊ ਕਰਕੇ ਥੋੜ੍ਹੀ ਦਿੱਕਤ ਆ ਰਹੀ ਹੈ, ਇਸ ਕਰਕੇ ਆਪਾਂ ਜਲਦੀ ਜਲਦੀ ਕੰਮ ਨਿਪਟਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਿਹਦੇ ਵਾਸਤੇ ਤਿਆਰ ਕਰਦੇ ਸੀ ਫਰਨੀਚਰ ਵਗੈਰਾ ਤੁਸੀਂ? ਇੱਥੇ ਆਪਣਾ ਕਰੇ ਕਿੱਥੇ ਕਰ ਰਹੇ ਸੀ ਤਿਆਰ ਕਰੀ? ਆਪਣਾ ਇੱਧਰ ਗਣੇਸ਼ਾ ਬਸਤੀ। ਅੱਛਾ, ਕਿਹਨਾਂ ਦੇ ਕਰ ਰਹੇ ਸੀ ਤਿਆਰ? ਕੀ ਫੰਕਸ਼ਨ ਕੀ ਸੀ ਇਹਨਾਂ ਦਾ? ਇਹਨਾਂ ਦੇ ਮਤਲਬ ਲੜਕੀ ਦੀ ਮੈਰਿਜ ਸੀਗੀ। ਅੱਛਾ, ਸੋ ਨਾਈਟ ਦਾ ਸੀਗਾ ਆਪਣਾ 9 ਤਾਰੀਖ ਦਾ ਵਿਆਹ, ਉਹਦੇ ਕਰਕੇ ਨਾ ਆਪਾਂ ਦਿਨੇ ਕਰਨਾ, ਤਾਂ ਕਰਕੇ ਆਪਾਂ ਜਲਦੀ ਕਰ ਰਹੇ ਹਾਂ ਕਰਨ ਕੰਮ। ਅਤੇ ਅੱਗੇ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਇਸਦੇ ਕਰਕੇ? ਬਸ ਲੋਕ ਐਂ ਕਰਕੇ ਜਲਦੀ ਜਲਦੀ ਕੰਮ ਨਿਬੇੜੋ, ਕਿ ਮੈਂ ਕੋਈ ਦਿਨੇ ਰਾਤ ਨੂੰ ਪ੍ਰੋਗਰਾਮ ਸੀਗਾ ਉਸ ਕਰਕੇ ਆਪਾਂ ਦਿਨੇ ਕਰ ਰਹੇ ਹਾਂ, ਇਸ ਕਰਕੇ ਥੋੜ੍ਹੀ ਦਿੱਕਤ ਆ ਰਹੀ ਹੈ ਲੋਕਡਾਊਨ ਕਰਕੇ, ਬਈ ਆਪਾਂ ਜਲਦੀ ਜਲਦੀ ਕੰਮ ਦੇਣਾ ਪੈ ਰਿਹਾ ਹੈਗਾ। ਤੁਹਾਡਾ ਅਨਿਲ ਜੀ, ਕਿਆ ਕਹਿਣਾ ਚਾਹਤੇ ਹੋ ਜੋ ਕਰਫਿਊ ਲੱਗ ਰਿਹਾ ਰਾਤ ਕੋ? ਹਾਂਜੀ, ਜੋ ਕਰਫਿਊ ਲੱਗ ਰਿਹਾ ਰਾਤ ਕੋ ਕਿਆ ਕਹਿਣਾ ਚਾਹਤੇ ਹੋ? ਸਰ ਬਹੁਤ ਔਖਾ ਹੋ ਗਿਆ ਕਰਫਿਊ ਕਰਕੇ ਜੀ, ਸਾਡਾ ਕੰਮ ਵੀ ਬਹੁਤ ਕੈਂਸਲ ਹੋ ਜਾ ਰਿਹਾ ਕੰਪਨੀ ਜੀ। ਕਿਆ ਕੰਮ ਕਰਤੇ ਹੋ? ਫਲਾਵਰ ਕਾ ਜੀ। ਕਹਾਂ ਪਰ ਲਗਾਤੇ ਹੋ ਫਲਾਵਰ? ਮੈਲੀ ਹੋਟਲ ਮੈਂ ਜੀ। ਅੱਛਾ, ਹਾਂਜੀ, ਤੋ ਕੈਂਸਲ ਹੋ ਗਿਆ ਅੱਜ ਪ੍ਰੋਗਰਾਮ? ਹਾਂਜੀ ਸਰ ਕੈਂਸਲ ਹੋ ਗਿਆ ਜੀ, ਕੰਮ ਬਹੁਤ ਸਾਰੇ ਸਾਰੇ ਕੰਮ ਕੈਂਸਲ ਹੋ ਰਿਹਾ ਜੀ। ਕਿਆ ਮੰਗ ਕਰਤੇ ਹੋ ਸਰਕਾਰ ਸੇ? ਹਾਂਜੀ, ਸਰਕਾਰ ਸੇ ਕਿਆ ਮੰਗ ਕਰਤੇ ਹੋ? ਨਾਈਟ ਕੈਂਪ ਖੋਲਦੇ ਜੀ। ਹਾਂਜੀ, ਪਟਾਨੀ ਕੀ ਨਾਮ? ਸਤੀਸ਼ ਅਰੋੜਾ ਜੀ, ਪ੍ਰੈਜ਼ੀਡੈਂਟ ਪੰਜਾਬ ਹੋਟਲ ਐਸੋਸੀਏਸ਼ਨ। ਹਾਂਜੀ, ਕੀ ਕਹਿੰਦੇ ਹੋ ਅੱਜ ਰਾਤ ਤੋਂ ਕਰਫਿਊ ਲੱਗ ਰਿਹਾ, ਕਿੰਨਾ ਕੁ ਅਸਰ ਪੈ ਰਿਹਾ ਕੋਚ ਇੰਡਸਟਰੀ ਨੂੰ ਲੈ ਕੇ, ਫੈਲਸਾਂ ਨੂੰ ਲੈ ਕੇ, ਕਿਸ ਤਰ੍ਹਾਂ ਨੁਕਸਾਨ ਹੋਏਗਾ? ਜਿਹੜਾ ਇਹ ਗੌਰਮੈਂਟ ਦਾ ਇਹ ਡਿਸੀਜ਼ਨ ਹੈ ਬਿਲਕੁਲ ਅਨਡੈਮੋਕਰੇਟਿਕ, ਅਨਕੋਨਸਟੀਟਿਊਸ਼ਨਲ ਡਿਸੀਜ਼ਨ ਹੈ। ਇੱਥੇ ਜਿਹੜੀ ਫਰੀਡਮ ਹੈ ਹਰ ਇਨਸਾਨ ਨੂੰ ਆਪਣੇ ਕੰਮ ਕਰਨ ਦਾ, ਆਪਣੇ ਪਰਿਵਾਰ ਨੂੰ ਪਾਲਣ ਦਾ ਇੱਕ ਰਾਈਟ ਮਿਲਿਆ ਹੋਇਆ, ਇੱਕ ਫੰਡਾਮੈਂਟਲ ਰਾਈਟ ਹੈ, ਜਿਹੜੀ ਕਿ ਗੌਰਮੈਂਟ ਉਸ ਰਾਈਟ ਨੂੰ, ਲੋਕਾਂ ਦੇ ਕੰਮ ਕਰਨ ਦੇ ਅਧਿਕਾਰ ਨੂੰ ਜਿਹੜਾ ਇਹ ਆਪਣੇ ਤੋਂ ਖੋ ਰਹੀ ਹੈ। ਉਹ ਜਿਹੜਾ ਇਹ ਡਿਸੀਜ਼ਨ ਹੈ ਇੱਕ ਬਹੁਤ ਹੀ ਗਲਤ ਟਾਈਮ 'ਤੇ ਲਿਆ ਗਿਆ ਡਿਸੀਜ਼ਨ ਹੈਗਾ। ਇਸ ਡਿਸੀਜ਼ਨ ਨਾਲ ਜਿਹੜਾ ਹੋਟਲ ਇੰਡਸਟਰੀ, ਮੈਰਿਜ ਪੈਲਸ, ਰਿਜ਼ੋਰਟ ਇੱਕ ਬਹੁਤ ਹੀ ਵੱਡੇ ਇਕਨੋਮਿਕ ਡਿਪਰੈਸ਼ਨ 'ਚ ਜਾਣਗੇ, ਔਰ ਇਸ ਡਿਸੀਜ਼ਨ ਨਾਲ ਹੋਸਪਿਟੈਲਿਟੀ ਅਤੇ ਟੂਰਿਜ਼ਮ ਸੈਕਟਰ ਨੂੰ ਤਕਰੀਬਨ 3,000 ਕਰੋੜ ਰੁਪਏ ਰੈਵਨਿਊ ਦਾ ਜਿਹੜਾ ਬਹੁਤ ਵੱਡਾ ਲੋਸ ਹੋਏਗਾ। ਔਰ ਇਹਦੇ ਨਾਲ ਜਿਹੜਾ ਗੌਰਮੈਂਟ ਨੂੰ ਵੀ, ਸਟੇਟ ਗੌਰਮੈਂਟ ਦੀ ਜੇ ਅਸੀਂ ਗੱਲ ਕਰੀਏ ਤਾਂ ਮੋਰ ਦੈਨ ਅਪਰੋਕਸੀਮੇਟ 500 ਕਰੋੜ ਰੁਪਏ ਦਾ ਨੈੱਟ ਲੋਸ ਗੌਰਮੈਂਟ ਨੂੰ ਟੈਕਸੇਸ਼ਨ ਦੀ, ਜੀ ਐੱਸ ਟੀ ਦੀ ਸ਼ੇਪ ਦੇ ਵਿੱਚ ਹੋਏਗਾ। ਔਰ ਇਹਦੇ ਨਾਲ ਇਸ ਸੈਕਟਰ ਨਾਲ ਤਕਰੀਬਨ 10 ਲੱਖ ਫੈਮਿਲੀ ਜਿਹੜੀ ਹੈਗੀ ਜੁੜੇ ਹੋਈ ਹੈਗੀ ਹੈ। ਸੋ ਉਹਦਾ ਵੀ ਜਿਹੜਾ ਅਨਇੰਪਲਾਇਮੈਂਟ ਹੋਏਗਾ, ਉਹਦੇ 'ਚ ਜਿਹੜਾ ਇਹ ਡਿਸੀਜ਼ਨ ਹੋਣ ਨਾਲ ਇੱਕ ਬਹੁਤ ਜਿਹੜਾ ਸਟੇਟ ਦੇ ਵਿੱਚ ਇੱਕ ਪੈਨਿਕ ਵਾਲਾ ਮਾਹੌਲ ਹੋ ਗਿਆ, ਇੱਕ ਡਰ ਵਾਲਾ ਮਾਹੌਲ ਹੋ ਗਿਆ। ਜਿੱਥੇ ਅੱਜ ਲੋਕਾਂ ਨੇ ਸੈਲੀਬ੍ਰੇਸ਼ਨ ਕਰਨੀ ਸੀ, ਲੋਕਾਂ ਨੇ ਇੰਜੋਏ ਕਰਨਾ ਸੀ, ਲੋਕਾਂ ਨੇ ਬਾਹਰ ਨਿਕਲਣਾ ਸੀਗਾ, ਉਹ ਤੁਸੀਂ ਜ਼ਿੰਦਗੀ ਨੂੰ ਹੁਣ ਉਸ ਤੋਂ ਜ਼ਿਆਦਾ ਲੋਕਡਾਊਨ ਨਹੀਂ ਕਰ ਸਕਦੇਗੇ।
और एक फैसला बिल्कुल ऑफिस के अंदर लिया गया फैसला बिल्कुल जिहड़ा ग्राउंड लैवल दे जिहड़े जमीनी जिहड़े सीगे फैक्ट्स उन्हों नहीं देखा गया इग्नोर किया गया एक ब्यूरोक्रेट का बिल्कुल गलत फैसला और इन्हों इमीजिएट अज ही इस फैसले को वापस लेना चाहिए है तकरीबन जो मैं कल बठिंडे सिटी की गल कराँ तो 100-125 वैडिंग जी हैगी है वो कैंसल हो चुकी हैगी है तो ईवन दैन जे 25-30 साढ़े मैरिज पैलसिज है उत्थे भी जिहड़ियां वैडिंग सारियां लगभग कैंसल हो चुकियां हैगियां सो लोगों नूं इस गल की बहुत परेशानी हो रही हैगी है सो ये गवर्नमेंट इमीजिएट इहदे वास्ते कुछ सोचना चाहिए और जिहड़ा करफ्यू नूं वापस लिया जाए डेफिनेट असी कोशिश कर रहे हैं बट कितने ना कितने होलीडेज़ आ गई फैसटिवल सके गुरपुरब दिवस सगा जो उपर स्टेट के लाइजन नहीं हो सकया बट डिस्ट्रिक्ट लैवल पर असी साढ़े फाइनेंस मिनिस्टर लाइजन किया है उन्होंने सानू एश्योरेंस दी है डिप्टी कमिश्नर साहब नाल भी असी लाइजन किया है बट फिलहाल सानू एश्योरेंस मिली हैगी बट हुण आने वाले कुछ दिनों च ये गल का पता लगेगा भी इसका की स्टेटस होएगा कैमरामैन खान के साथ अनिल कुमार की रिपोर्ट अगर आपने हमारे चैनल को सब्सक्राइब नहीं किया है तो इसे सब्सक्राइब कर लें